ਸ੍ਰੀਕਾਲ ਜੀ ਮੈਂ ਹੈਪੀ ਸਿੰਗਲਾ ਤੁਸੀਂ ਜੁੜ ਚੁੱਕੇ ਹੋ ਪੀਵੀ ਨਿਊਜ਼ ਨਾਲ ਤਸਵੀਰਾਂ ਦਿਖਾ ਰਹੇ ਹਾਂ ਸਿਰਸਾ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਆਮ ਤੋਂ ਜਿਵੇਂ ਕਿ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਜੋ ਆਂਗਣਵਾੜੀ ਵਰਕਰ ਨੇ ਪ੍ਰੋਟੈਸਟ ਤੇ ਬੈਠੇ ਹੋਏ ਨੇ ਜਿਵੇਂ ਕਿ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਮੰਗਾਂ ਨੇ ਕਿਉਂ ਅੱਜ ਵਰਕਰ ਨੇ ਅੱਜ ਫੇਰ ਅੱਜ ਪ੍ਰੋਟੈਸਟ ਤੇ ਬੈਠੇ ਨੇ ਗੱਲ ਕਰਵਾਉਂਦੇ ਹਾਂ ਮੈਡਮਾਂ ਦੇ ਨਾਲ ਤੇ ਜਾਣਦੇ ਹਾਂ ਕਿ ਪੂਰਾ ਮੁੱਦਾ ਕੀ ਹੈ ਕਿਉਂ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਅਸਲ ਦੇ ਵਿੱਚ ਕੀ ਮੁੱਦੇ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ ਕੀ ਉਹਨਾਂ ਦੀਆਂ ਮੇਨ ਮੰਗਾਂ ਨੇ ਕੀ ਤਨਖਾਹਾਂ ਨੂੰ ਲੈ ਕੇ ਬੈਠੇ ਨੇ ਕੀ ਪੂਰਾ ਮਾਮਲਾ ਮੇਰਾ ਨਾਮ ਵੀਰੋ ਰਾਣੀ ਹੈ ਬਲਾਕ ਡਾਵਾਲੀ ਜ਼ਿਲ੍ਹੇ ਦੀ ਮੈਂ ਉਪ ਪ੍ਰਧਾਨ ਹਾਂ ਹਾਂਜੀ ਮੈਡਮ ਕੀ ਮੁੱਦਾ ਹੈ ਵੀ ਅੱਜ ਜੋ ਆਂਗਣਵਾੜੀ ਵਰਕਰ ਨੇ ਅੱਜ ਪ੍ਰੋਟੈਸਟ ਕਰ ਰਹੇ ਨੇ ਮੁੱਦਾ ਹੈਗਾ ਸਾਡਾ ਜੀ ਸਾਡਾ ਬਹੁਤ ਸਾਲਾਂ ਤੋਂ ਮੁੱਦੇ ਚੱਲੀ ਜਾਂਦੇ ਆ ਲੇਕਿਨ ਸਾਡੇ ਮੁੱਦੇ ਸਾਨੂੰ ਦਿੱਤੇ ਨਹੀਂ ਜਾਂਦੇ ਮੰਗਾਂ ਪੂਰੀਆਂ ਹੋ ਜਾਂਦੀਆਂ ਲੇਕਿਨ ਸਰਕਾਰ ਸਾਨੂੰ ਦਿੰਦੀ ਨਹੀਂ ਇਸੇ ਤਰ੍ਹਾਂ ਅਸੀਂ 2018 ਦੇ ਵਿੱਚ 22 ਦਿਨਾਂ ਦਾ ਪ੍ਰਦਰਸ਼ਨ ਸੀ ਸਾਡਾ ਲਗਾਤਾਰ ਅਸੀਂ ਬੈਠੇ ਸੀ ਉਹਦੇ ਵਿੱਚ ਸਰਕਾਰ ਨੇ ਸਾਨੂੰ ਮੰਗਾਂ ਪੂਰੀਆਂ ਕੀਤੀਆਂ ਮੁੱਖ ਮੰਤਰੀ ਨੇ ਉਹ ਜੇ 2018 ਦੀਆਂ ਮੰਗਾਂ ਜਿਹੜੀਆਂ ਸੀਗੀਆਂ ਸਾਡੇ ਆਂਗਣਵਾੜੀ ਵਰਕਰ ਹੈਲਪਰ ਨੂੰ ਰਿਟਾਇਰਮੈਂਟ ਦੇ ਦੌਰਾਨ 2 ਲੱਖ ਰੁਪਏ ਤੇ 1 ਲੱਖ ਰੁਪਏ ਸਾਡੀ ਸਰਕਾਰ ਵੀ ਹੈਲਪਰ ਨੂੰ ਮਿਲੂਗਾ ਲੇਕਿਨ ਉਹ ਖੱਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਪੈਸਾ ਕਿਉਂਕਿ ਹਾਂ ਕਰਤੀ ਲੇਕਿਨ ਦਿੱਤਾ ਨਹੀਂ ਅੱਜ ਤੱਕ ਸਾਡੇ ਆਂਗਣਵਾੜੀ ਵਰਕਰ ਹੈਲਪਰ ਜਿਹੜੀ ਹੈਗੀ ਆ ਸੈਂਟਰ ਦਾ ਕਿਰਾਇਆ ਸਾਡਾ ਸਰਕਾਰ ਦੇ ਰਹੀ ਆ ਪਿੱਛੋਂ 1500 ਰੁਪਇਆ ਸ਼ਹਿਰ ਦਾ ਔਰ ਜਿਹੜਾ ਪਿੰਡ ਦਾ ਰਹੀ ਹੈ 750 ਰੁਪਇਆ ਲੇਕਿਨ ਸਰਕਾਰ ਕੀ ਕਰੀ ਜਾਂਦੀ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ 200 ਰੁਪਇਆ ਸ਼ਹਿਰ ਦਾ ਮਿਲ ਰਿਹਾ ਜਿੱਥੇ ਯਾਨੀ ਕਿ 1500 ਮਿਲਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਸਾਨੂੰ 1500 ਰੁਪਇਆ ਵੀ ਕਿਰਾਇਆ ਦੇਣਾ ਚਾਹੀਦਾ ਇਹਨਾਂ ਸਰਕਾਰ ਨੂੰ ਔਰ ਬਾਕੀ ਜਿਹੜੀ ਸਾਡੀ ਵਰਦੀ ਦੇ ਪੈਸੇ ਨਹੀਂ ਮਿਲ ਰਹੇ ਵਰਦੀ ਦਾ ਸਾਨੂੰ ਕਈ ਸਾਲ ਹੋ ਗਏ ਸਾਡਾ ਫਲੈਕਸੀ ਫੰਡ 1000 ਰੁਪਏ ਮਿਲਦਾ ਸੀ ਉਹ ਵੀ ਸਾਡੇ 2 ਸਾਲ ਹੋ ਗਏ ਉਹ ਨਹੀਂ ਮਿਲ ਰਿਹਾ ਜਿਹੜੀ ਸਾਡੀ ਅਸੀਂ ਡਿਮਾਂਡ ਕੀਤੀ ਸੀ 2018 ਵਿੱਚ ਵੀ ਆਂਗਣਵਾੜੀ ਵਰਕਰ ਦਾ ਪ੍ਰਮੋਸ਼ਨ ਸੁਪਰਵਾਈਜ਼ਰ ਵਿੱਚ ਹੋਵੇ ਲੇਕਿਨ ਉਹ ਵੀ ਉਹਨਾਂ ਸਰਕਾਰ ਨੇ ਬੰਦ ਕਰਤਾ ਅਸੀਂ ਕਿਹਾ ਸੀ ਸਾਡੀ ਹੈਲਪਰ ਪ੍ਰਮੋਸ਼ਨ ਹੋ ਕੇ ਸੁਪਰਵਾਈਜ਼ਰ ਵਰਕਰ ਬਣੇ ਉਹ ਵੀ ਕਈ ਜਗ੍ਹਾ ਤੇ ਕੋਟਾ ਦਾ ਰੌਲਾ ਪਾ ਕੇ ਸਾਡੀ ਵਰਕਰ ਨੂੰ ਹੈਲਪ ਨੂੰ ਸੁਪਰਵਾਈਜ਼ਰ ਪਲੋਟ ਨੇ ਨਹੀਂ ਕਰ ਰਹੀ ਇਹ ਵੀ ਅਧਿਕਾਰੀ ਜਿਹੜੇ ਆ ਲੋਕਲ ਮੰਗਾਂ ਹੈਗੀਆਂ ਕਿ ਸਾਨੂੰ ਸਾਲ ਦੇ ਵਿੱਚੋਂ 3000 ਰੁਪਇਆ ਸਾਲ ਦਾ ਸਾਨੂੰ ਖਲੋਣੇ ਮਿਲਦੇ ਆ ਔਰ ਇਸ ਟਾਈਮ ਤੇ ਸਾਨੂੰ ਕੋਈ 3000 ਦਾ ਸਾਲ ਦੇ ਵਿੱਚ ਕੋਈ ਖਲੋਣਾ ਨਹੀਂ ਮਿਲ ਰਿਹਾ ਸਾਨੂੰ 8-9 ਸਾਲ ਹੋ ਗਏ ਆਂਗਣਵਾੜੀ ਵਿੱਚ ਸਾਨੂੰ ਮੀਟਿੰਗ ਕਰਨ ਵਾਸਤੇ ਇੱਕ ਦਰੀ ਮਿਲਦੀ ਹੈ ਮਿਲੀ ਹੋਈ ਹੈ 8-9 ਸਾਲਾਂ ਤੋਂ ਬਾਅਦ ਕੋਈ ਸਾਨੂੰ ਸੈਂਟਰ ਦੇ ਵਿੱਚ ਕੋਈ ਦਰੀ ਨਹੀਂ ਮਿਲੀ ਸਾਨੂੰ ਇੱਕ ਕੈਂਪਰ ਦਿੱਤਾ ਹੈ ਨਾ ਸਾਨੂੰ ਘੜੇ ਦੇ ਕੋਈ ਪੈਸਾ ਮਿਲ ਰਿਹਾ ਸਾਨੂੰ ਕੁਛ ਨਹੀਂ ਯਾਨੀ ਕਿ ਜਿੰਨਾ ਵੀ ਸਾਡਾ ਸ਼ੋਸ਼ਣ ਹੋ ਰਿਹਾ ਹੈਗਾ ਇਸ ਟਾਈਮ 'ਤੇ ਆਂਗਣਵਾੜੀ ਵਰਕਰ ਹੈਲਪਰ ਦਾ ਹੋ ਰਿਹਾ ਔਰ ਜਿਹੜਾ ਆਂਗਣਵਾੜੀ ਸੈਂਟਰ ਹੈ ਉਹ ਸਾਡੇ ਟੁੱਟੇ ਹੋਏ ਆ ਉਹਦੀ ਰਿਪੇਅਰ ਨਹੀਂ ਕਰ ਰਹੇ ਔਰ ਜਿਹੜੇ ਸੈਂਟਰ ਲੱਗ ਰਿਹਾ ਪ੍ਰਾਈਵੇਟ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੇ ਆਂਗਣਵਾੜੀ ਸੈਂਟਰ ਸਰਕਾਰੀ ਬਿਲਡਿੰਗਾਂ ਬਣਾਈਆਂ ਜਾਣ ਤਾਂ ਕਿ ਸਾਡੀ ਸਹੀ ਵਰਕਰ ਉੱਥੇ ਜਾ ਕੇ ਕੰਮ ਕਰ ਸਕੇ ਆਂਗਣਵਾੜੀ ਸੈਂਟਰ ਦੇ ਵਿੱਚ ਬਿਜਲੀ ਨਹੀਂ ਹੈਗੀ ਹੈ ਆਂਗਣਵਾੜੀ ਸੈਂਟਰ 'ਚ ਬਿਜਲੀ ਬਿਲਕੁਲ ਹੀ ਨਹੀਂ ਹੈ ਪੱਖੇ ਨਹੀਂ ਹੈਗੇ ਆ ਗਰਮੀ 'ਚ ਆਪ ਏ ਸੀ ਵਾਲੇ ਕਮਰੇ 'ਚ ਬਹਿ ਕੇ ਕਾਨੂੰਨ ਬਣਾਉਂਦੇ ਆ ਔਰ ਜਿਹੜਾ ਸਭ ਤੋਂ ਜ਼ਿਆਦਾ ਮੇਨ ਰੀੜ ਦੀ ਹੱਡੀ ਆਂਗਣਵਾੜੀ ਵਰਕਰ ਦੁਪਹਿਰੇ ਸ਼ਾਮ ਕੰਮ ਕਰਨ ਵਾਲੀ ਆ ਉਹਦੇ ਕੋਲੇ ਪੱਖਾ ਕੁਰਸੀਆਂ ਸਾਨੂੰ 40 ਸਾਲ ਹੋ ਗਏ ਪਹਿਲਾਂ ਮਿਲੀਆਂ ਹੋਈਆਂ ਸੀਗੀਆਂ ਉਹ ਟੁੱਟ ਗਈਆਂ ਸਾਡੇ ਕੋਲ ਬੈਠਣ ਨੂੰ ਕੁਰਸੀ ਵੀ ਹੈ ਨਹੀਂ ਇੱਕ ਅਧਿਕਾਰੀ ਆਊਗਾ ਇਕੱਲਾ ਉਹੀ ਬੈਠੂ ਅਸੀਂ ਖੜੇ ਰਵਾਂਗੇ ਉੱਥੇ ਇਹ ਚੀਜ਼ ਹੈ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਤੁਸੀਂ ਅੱਜ ਪ੍ਰੋਟੈਸਟ ਦਿਓ ਤਾਂ ਤੁਹਾਡੀ ਅੱਗੇ ਦੀ ਕਾਰਵਾਈ ਕੀ ਹੈ ਅੱਗੇ ਦੀ ਜਦ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਅਸੀਂ ਲੋਕਲ ਪੱਧਰ 'ਤੇ ਸਾਡਾ ਇਰਾਦਾ ਹੈਗਾ ਕਿ ਅਸੀਂ ਬਲੋਕ ਵਾਈਜ਼ ਅਸੀਂ ਲਗਾਤਾਰ ਵੀ ਧਰਨੇ 'ਤੇ ਬੈਠਾਂਗੇ ਅਤੇ ਜਿਹੜਾ ਸਾਡਾ 17-18 ਤਰੀਕ ਦਾ ਪੰਚਕੂਲਾ ਅਸੀਂ ਆਪਣੇ ਡਾਇਰੈਕਟਰ ਦਾ ਖਰਾਬ ਕਰਾਂਗੇ ਠੀਕ